ਨਾਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਜਿੱਥੇ ਪੰਜਾਬ ਵਿੱਚ ਰਿਸ਼ਵਤਖੋਰੀ ਘਟਣ ਦੀ ਬਜਾਏ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਉੱਧਰ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਰਿਸ਼ਵਤਖੋਰੀ ਖਿਲਾਫ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਮੋਗਾ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਥਾਣੇਦਾਰ ਨੂੰ 2500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਕੀ ਨਾਮ ਵੀਰ ਤੇਰਾ? ਗੁਰਪ੍ਰੀਤ। ਕਿਹੜੇ ਪਿੰਡ ਦਾ ਰਹਿਣ ਵਾਲਾ? ਨਵੇਂ ਰਾਮੂ ਵਾਲੇ ਦਾ ਜ਼ਿਲ੍ਹੇ ਦਾ। ਤੂੰ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਹੈਗੀ ਹੈ, ਕਿਹਦੀ ਸ਼ਿਕਾਇਤ ਕੀਤੀ, ਕਿਉਂ ਕੀਤੀ ਹੈ? ਇਹ ਜੀ, ਮੈਂ ਔਰ ਦੂਜਾ ਮੇਰੇ ਘਰ ਵਾਲੀ ਦਾ ਮਾਮੇ ਦਾ ਮੁੰਡਾ ਸਮਾਨ ਲੈ ਗਿਆ ਸੀ ਘਰੋਂ ਚੱਕ ਕੇ, ਅਤੇ ਮੇਰਾ 1.5 ਸਾਲ ਹੋ ਗਿਆ ਸੀ ਤਲਾਕ ਹੋਏ ਨੂੰ, ਅਤੇ ਇਹਦਾ ਕੋਈ ਹੱਕ ਬਣਦਾ ਨਹੀਂ ਸੀ। ਮੈਂ ਫਿਰ ਪੁਲਿਸ ਨੂੰ ਦਰਖਾਸਤ ਦਿੱਤੀ, ਇਹਨਾਂ ਨੇ ਮੇਰੇ ਤੋਂ ਪੈਸੇ, ਮਤਲਬ ਕਿ ਮੈਂ ਦਿਹਾੜੀਦਾਰ ਬੰਦਾ ਸੀਗਾ, ਕਿੱਥੋਂ ਦਿੰਦਾ? ਫਿਰ ਮੈਂ ਇੱਥੇ ਆਉਣ ਦੀ, ਮੇਰਾ ਡੈਡੀ ਕਿਹੜਾ ਮੁਲਾਜ਼ਮ ਸੀਗਾ? ਕਿਹਨੇ ਪੈਸੇ ਮੰਗੇ ਤੁਹਾਡੇ ਤੋਂ? ਇਹ ਮੁਲਾਜ਼ਮ ਨੇ ਮੰਗੇ ਸੀ ਸਰ। ਕਿਹੜੇ ਥਾਣੇ ਲੱਗਿਆ ਸੀ? ਮਹਿਣੇ ਥਾਣੇ ਜੀ। ਤੇ ਅੱਜ ਫੜਿਆ ਵਿਜੀਲੈਂਸ ਨੇ? ਹਾਂਜੀ। ਕਿੰਨੇ ਪੈਸੇ ਮੰਗੇ ਸੀ? 2500 ਮੰਗਿਆ ਜੀ। ਕੀ ਕਹਿੰਦਾ ਸੀ, ਕਾਹਦਾ ਮੰਗਿਆ ਸੀ? 2500 ਮੈਂ ਬੰਦਾ ਚੱਕ ਲਿਆਉਂਗਾ ਜੀ, ਤੁਹਾਡਾ ਸਮਾਨ ਮੜਾ ਦੂੰਗਾ, ਪਰ ਸਮਾਨ ਸਾਨੂੰ ਦੇ ਦਿੰਦਾ ਸੀ ਵੀ ਨਹੀਂ ਮੜਨਾ ਇਹ ਤੋਂ। ਪੈਸੇ ਦੇਣੇ ਸੀ ਕਿ ਦੇਣੇ ਦੇਤੇ ਸੀ? ਦੇਤੇ ਸੀ ਪੈਸੇ। ਕਿਹੜੇ ਕਿਹੜੇ ਪੈਸੇ ਦਿੱਤੇ, ਕਿਹੜੇ ਨੋਟ ਸੀਗੇ? 500 ਦੇ ਨੋਟ ਸੀਗੇ ਜੀ। ਇਹਨੇ ਜਗਰਾਜ ਸਿੰਘ ਵਾਸੀ ਨਵਾਂ ਪਿੰਡ ਹੈ ਗੁਰੰਗੋਲ ਨਵਾਂ ਜਿਹੜਾ, ਉਹਦਾ ਪਿੰਡ ਦਾ ਵਸਨੀਕ ਸੀ, ਉਹਦੇ ਲੜਕੇ ਦਾ ਉਹਦਾ ਕੋਈ ਡਿਸਪਿਊਟ ਸੀ, ਆਪਣੇ ਮੈਟ੍ਰੀਮੋਨੀਅਲ ਡਿਸਪਿਊਟ। ਉਹਦਾ ਸਮਾਨ, ਉਹਦਾ ਲੜਕੀ ਜਿਹੜੀ ਸੀ, ਉਹਦਾ ਮਾਮੇ ਦਾ ਲੜਕਾ ਚੱਕ ਲਿਆ, ਗੋਰਾ ਗੋਰਾ ਨਾਂ ਦਾ ਸੀ, ਰਣੀਆ ਪਿੰਡ ਦਾ ਰਹਿਣ ਵਾਲਾ। ਅਤੇ ਇਹਦੇ ਦਰਖਾਸਤ ਦਿੱਤੀ 22/10/2011 ਨੂੰ, ਦਿੱਤੀ ਦਰਖਾਸਤ ਥਾਣੇ ਦੇ ਵਿੱਚ। ਜਿਹੜੀ ਕਿ ਮਾਰਕ ਕੁਲਦੀਪ ਸਿੰਘ ਹੋਈ ਸੀ, ਉਹ ਕੁਲਦੀਪ ਸਿੰਘ ਕਾਰਵਾਈ ਕਰਨ ਬਦਲੇ ਇਹਦੇ ਕੋਲ ਪੈਸੇ ਦੀ ਡਿਮਾਂਡ ਕਰ ਰਿਹਾ ਸੀ, ਜਿਹੜੇ ਕਿ ਅੱਜ ਇਹ ਮਦਈ ਤੋਂ ਇਹਨੇ 2500 ਰੁਪਏ ਲਿਆ ਸੀ, ਜਿਹੜਾ ਰੰਗੀ ਦੀ ਮੌਕੇ ਦੀ ਗ੍ਰਿਫਤਾਰ। ਕਿੰਨੇ ਪੈਸੇ ਡਿਮਾਂਡ ਕੀਤੇ ਸੀਗੇ ਜੀ? ਬਸ 2500-3000 ਦੇਖੀ ਕਹਿੰਦਾ ਸੀ, 2500 ਰੁਪਈਆ ਨੇ ਅੱਜ ਲਿਆ ਸੀ। ਅਤੇ ਅਰੈਸਟ ਕੀਤਾ ਮੌਕੇ ਤੋਂ ਜੀ, ਉਹ ਕੀ ਕਰ ਫਰਦਰ ਕਾਰਵਾਈ ਕੀ? ਬਸ ਇਹਨੂੰ ਹੁਣ ਕੋਰਟ 'ਚ ਪੇਸ਼ ਕਰਾਂਗੇ, ਜੋ ਅਗਲੀ ਪ੍ਰੋਸੀਡਿੰਗ ਲਾਮ ਤੱਕ ਹੋ ਚੱਲੂਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ DSP ਅਸ਼ਵਨੀ ਕੁਮਾਰ ਵਿਜੀਲੈਂਸ ਬਿਊਰੋ ਮੋਗਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਿੰਡ ਰਾਮੂ ਵਾਲਾ ਨਵਾਂ ਨੇ ਜਾਣਕਾਰੀ ਦਿੱਤੀ ਸੀ ਕਿ ਉਸ ਨੇ ਥਾਣਾ ਮਹਿਣਾ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਆਧਾਰ 'ਤੇ ਥਾਣੇਦਾਰ ਕੁਲਦੀਪ ਸਿੰਘ ਨੇ ਕਾਰਵਾਈ ਕਰਨ ਲਈ ਸ਼ਿਕਾਇਤਕਰਤਾ ਜਗਰਾਜ ਸਿੰਘ ਤੋਂ 2500 ਰੁਪਏ ਦੀ ਮੰਗ ਕੀਤੀ ਸੀ। ਹੁਣ ਵੇਖਣਾ ਇਹ ਹੈ ਕਿ ਇਹ ਰਿਸ਼ਵਤਖੋਰੀ ਦਾ ਧੰਦਾ ਅਕਸਰ ਕਦੋਂ ਤੱਕ ਚੱਲਦਾ ਰਹੇਗਾ ਅਤੇ ਕਦੋਂ ਤੱਕ ਸਰਕਾਰੀ ਬਾਬੂ ਭੋਲੇ ਭਾਲੇ ਲੋਕਾਂ ਨੂੰ ਚੂਨਾ ਲਗਾਉਂਦੇ ਰਹਿਣਗੇ। ਨਿਊਜ਼ ਪੰਜਾਬ ਦੀ ਬਿਊਰੋ ਦੇ ਨਾਲ ਮੋਗਾ ਤੋਂ ਸਰਬਜੀਤ ਰੌਲੀ ਦੀ ਖਾਸ ਰਿਪੋਰਟ।